ਇੱਧਰ ਸਾਡੇ ਮੰਮੀ ਜੀ ਵੈਨ ਅੱਜ ਲੇਜ਼ਰ ਸ਼ੋਅ ਵੇਖਣ। ਹਾਂ ਮੰਮੀ, ਦੇਖਣਾ ਚਾਹੀਦਾ ਸਾਰਿਆਂ ਨੂੰ ਇਹ ਚ ਇਤਿਹਾਸ ਦੱਸਦੇ ਗੁਰੂਆਂ ਦਾ। ਜਦੋਂ ਆਏ ਆ ਬਾਬੇ ਦੇ ਘਰ ਤੇ ਫਿਰ ਸਭ ਕੁਝ ਵੇਖ ਕੇ ਜਾਈਏ। ਉਹੀ ਤੇ ਹੁਣ ਏਡੀ ਏਡੀ ਦੂਰ ਆਏ ਆ, ਘਰ ਜਾ ਕੇ ਜ਼ਰੂਰ ਪਛਤਾਣਾ ਕਿਆ ਚੀਜ਼ ਨਹੀਂ ਦਿੱਤੀ। ਉਧਰ ਘੁੰਮਣ ਸਾਹਿਬ ਹੁਣੀ ਬੈਠੇ ਆ ਨਾਲ ਉਹਨਾਂ ਦੇ ਮੈਸੇਜ। ਹੈਲੋ, ਨਾਲ ਸਾਡੀ ਕੁਝ ਕੁ ਸੰਗਤ ਉਹ ਤੇ ਬੈਠੀ ਆ ਪਰਲੇ ਪਾਸੇ, ਉਹ ਵੀ ਲੇਜ਼ਰ ਸ਼ੋਅ ਵੇਖਣ ਆਏ ਸਾਰੇ ਜਾਣੇ। ਓਏ ਓਏ, ਜ਼ੋਰ ਦੀ ਕਰ, ਛੱਡ ਜ਼ੋਰ ਦੀ, ਜ਼ੋਰ ਨਹੀਂ, ਛੱਡ ਛੱਡ ਛੱਡ। ਮੈਂ ਤੇਰੀ ਵੀਡੀਓ ਬਣਾਉਣਾ ਤੂੰ ਕਰ। ਸਾਂਝੀਵਾਲਤਾ ਦਾ ਪੈਗਾਮ ਦੇਣ ਲਈ ਗੁਰੂ ਨਾਨਕ ਦੇਵ ਜੀ ਆਪਣੇ ਸੰਗੀਤਕਾਰ ਸੰਗੀ ਮੁਸਲਮਾਨ ਬਾਬੀ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ। ਇਹਨਾਂ ਨੂੰ ਚਾਰ ਉਦਾਸੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਇਹਨਾਂ ਉਦਾਸੀਆਂ ਦੌਰਾਨ ਮੱਕੇ ਵੀ ਗਏ। ਮੱਕੇ ਵਿੱਚ ਸੁੱਤੇ ਪਏ ਨਾਨਕ ਦੇ ਪੈਰ ਕਾਬੇ ਵੱਲ ਵੇਖ ਕੇ ਕਿਸੇ ਨੇ ਕ੍ਰੋਧ ਨਾਲ ਪੁੱਛਿਆ, ਤੁਸੀਂ ਰੱਬ ਦੇ ਘਰ ਵੱਲ ਪੈਰ ਕਿਉਂ ਪਸਾਰੇ? ਹਸ ਗੁਰੂ ਨਾਨਕ ਆਖਿਆ ਸਦਾ ਮੰਗੋ ਵਾਲਾ ਦੁਖ ਜਿੱਧਰ ਰੱਬ ਦਾ ਕਰ ਨਹੀਂ ਮੇਰੇ ਉਧਰ ਕਰ ਦੋ ਪੈ। ਜਗਨਨਾਥ ਪੁਰੀ ਦਾ ਮੰਦਿਰ, ਸੰਧਿਆ ਦੀ ਆਰਤੀ ਦਾ ਸਮਾਂ, ਪਰ ਨਾਨਕ ਮੰਦਿਰ ਦੇ ਬਾਹਰ ਤਾਲੀਆਂ ਭਰੇ ਆਸਮਾਨ ਹੇਠ ਖੜੇ ਰਹੇ। ਪੁਜਾਰੀ ਦੇ ਪੁੱਛਣ ਤੇ ਕਹਿਣ ਲੱਗੇ, ਖਤਮ ਹੋ ਗਈ ਆਰਤੀ?
ਮੇਰੇ ਪ੍ਰਭੂ ਦੀ ਆਰਤੀ ਕਦੇ ਖਤਮ ਨਹੀਂ ਹੁੰਦੀ, ਇਹ ਹਰ ਸਮੇਂ ਹਰ ਥਾਂ ਚੱਲਦੀ ਰਹਿੰਦੀ ਹੈ। ਇਹ ਸਾਰਾ ਗਗਨ ਉਸਦੀ ਆਰਤੀ ਦਾ ਥਾਲ ਹੈ। ਸੂਰਜ ਤੇ ਚੰਦ ਦੀਵਿਆਂ ਵਾਂਗ ਬਣ ਰਹੇ ਹਨ। ਇਹ ਸਾਰਾ ਬ੍ਰਹਿਮੰਡ ਪ੍ਰਭੂ ਦਾ ਮੰਦਿਰ ਹੈ। ਵੱਖ ਵੱਖ ਵੇਸਾਂ ਧਰਮਾਂ ਅਤੇ ਜਾਤਾਂ ਕਾਰਨ ਵੰਡੀ ਹੋਈ ਮਾਨਵਤਾ ਨੂੰ ਸਾਂਝੀਵਾਲਤਾ ਅਤੇ ਪ੍ਰੇਮ ਦਾ ਚਾਨਣ ਬਣਦੀ ਨੂਰਾਨੀ ਜੋਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚੀ ਅਤੇ ਇਕੱਤਰ ਕੀਤੀ ਬਾਣੀ ਦੀ ਪੋਥੀ ਭਾਈ ਲਹਿਣਾ ਜੀ ਅੱਗੇ ਧਰ ਕੇ ਉਹਨਾਂ ਨੂੰ ਸੀਸ ਦਿਵਾਇਆ, ਗੁਰਗੱਦੀ ਅਰਪਣ ਕੀਤੀ, ਭਾਈ ਲਹਿਣੇ ਤੋਂ ਗੁਰੂ ਅੰਗਦ ਫੜਾਇਆ। ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ। ਸਿੱਖ ਸੰਗਤਾਂ ਦੀ ਵੱਧਦੀ ਗਿਣਤੀ ਦਾ ਸਦਕਾ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਹੋਰ ਵੀ ਬਲ ਮਿਲਿਆ। ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਇਸਤਰੀ ਦੇ ਰੁਤਬੇ ਨੂੰ ਉੱਚਾ ਉਠਾਉਣ ਲਈ ਵਿਸ਼ੇਸ਼ ਯਤਨ ਕੀਤੇ, ਵਿਧਵਾ ਵਿਆਹ ਦੀ ਪ੍ਰੇਰਣਾ ਦਿੱਤੀ ਤੇ ਸਤੀ ਦੀ ਰਸਮ ਦਾ ਖੰਡਨ ਕੀਤਾ। ਸਤੀਆਂ ਸੇ ਨਾਪੀਆਂ ਜੋ ਮੜੀਆਂ ਲਗ ਚਲਨ, ਸਤੀਆਂ ਸੇ ਨਾਲਗਾ ਜੋ ਬਿਰਹਾ ਚੋਟ ਮਰਨ, ਜੋ ਬਿਰਹਾ ਚੋਟ ਮਰਨ। ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਨਵਾਂ ਨਗਰ ਵਸਾਇਆ, ਜਿਸ ਨੂੰ ਚੱਕ ਰਾਮਦਾਸ ਕਿਹਾ ਜਾਂਦਾ ਸੀ, ਜਿਸ ਨੂੰ ਅਸੀਂ ਸ਼੍ਰੀ ਅੰਮ੍ਰਿਤਸਰ ਦੇ ਨਾਮ ਦੇ ਨਾਲ ਜਾਣਦੇ ਹਾਂ। ਸ਼੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਸਰੋਵਰ ਦੀ ਖੁਦਵਾਈ ਵੀ ਕਰਵਾਈ। ਸ਼੍ਰੀ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਉਸਦਾ ਨੀਂਹ ਪੱਥਰ ਮੁਸਲਮਾਨ ਸੂਫੀ ਫਕੀਰ ਸਾਈਂ ਮੀਆਂ ਮੀਰ ਤੋਂ ਰਖਵਾ ਕੇ ਸਾਂਝੀਵਾਲਤਾ, ਇਨਸਾਨੀ ਪ੍ਰੇਮ ਅਤੇ ਸਭ ਧਰਮਾਂ ਪ੍ਰਤੀ ਸਤਿਕਾਰ ਦੇ ਸੰਦੇਸ਼ ਨੂੰ ਸਾਕਾਰ ਰੂਪ ਪ੍ਰਦਾਨ ਕੀਤਾ। ਇਲਾਹੀ ਸੁੰਦਰਤਾ ਦਾ ਮੁਜੱਸਮਾ, ਰੂਹਾਨੀ ਸ਼ਾਂਤੀ ਦਾ ਸੋਮਾ ਤੇ ਹਰ ਪਲ ਰਾਗਮਈ ਬਾਣੀ ਨਾਲ ਤਰੰਗਿਤ
ਜਲ ਵਿੱਚ ਸੁਭਾਇਮਾਨ ਇੱਕ ਅਨੂਠੀ ਮੌਜੂਦਗੀ ਹੈ ਸ਼੍ਰੀ ਦਰਬਾਰ ਸਾਹਿਬ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਮੇਰੀ ਅਤੇ ਪੀਰੀ ਦੀਆਂ ਦੋ ਦਰਬਾਰਾਂ ਪਹਿਨੀਆਂ। ਰੂਹਾਨੀ ਰਹਿਬਰੀ ਦਾ ਚਿੰਨ੍ਹ ਸੀ ਪੀਰੀ ਦੀ ਦਰਬਾਰ, ਰਾਜਸੀ ਇਤਿਹਾਸਿਕ ਸੂਝ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੇਰੀ ਦੀ ਦਰਬਾਰ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਤਾਂ ਜਲ ਵਾਂਗ ਸ਼ੀਤਲ ਰਹੇ, ਪਰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤਸੀਹਾਂ ਦਾ ਦੁੱਖ ਅੰਗਾਰਿਆਂ ਵਾਂਗ ਬਲਦਾ ਰਿਹਾ। ਉਸਦੇ ਸੇਕ ਵਿੱਚ ਲੋਹਾ ਪਿਘਲਣ ਲੱਗਾ, ਸ਼ਮਸ਼ੀਰਾਂ ਬਣ ਲੱਗੀਆਂ। ਗੁਰੂ ਦਰਬਾਰ ਵਿੱਚ ਘੋੜੇ ਅਤੇ ਬੰਦੂਕਾਂ ਦਾ ਚੜਾਵਾ ਚੜ੍ਹਨ ਲੱਗਾ। ਨੱਥਾ ਅਤੇ ਅਬਦੁੱਲਾ ਢਾਡੀ ਬਹਾਦੁਰ ਯੋਧਿਆਂ ਦੀਆਂ ਵਾਰਾਂ ਗਾਉਣ ਲੱਗੇ। ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਨ ਦਾ ਆਦੇਸ਼ ਦਿੱਤਾ। ਘੋੜ ਸਵਾਰਾਂ ਦੀ ਫੌਜ ਖੜੀ ਕੀਤੀ। ਸਿੱਖ ਦੁਨਿਆਵੀ ਬਾਦਸ਼ਾਹਾਂ ਤੋਂ ਬੇਪਰਵਾਹ ਅਤੇ ਨਾਬਰ ਹੋ ਗਏ। ਉਹਨਾਂ ਨੇ ਆਪਣੇ ਗੁਰੂ ਨੂੰ ਦੀਨ ਦੁਨੀ ਦਾ ਬਾਦਸ਼ਾਹ ਆਖਿਆ। ਕੀ ਬਾਬਰ ਕੀ ਜਹਾਂਗੀਰ, ਇੱਥੇ ਵਾੜੀ ਖੇਤ ਨੂੰ ਖਾਮਦੀ, ਇੱਥੇ ਬਿਲਕੇ ਮੀਆਂ ਮੀਰ। ਅੱਜ ਸ਼ਾਹੀ ਜ਼ੁਲਮ ਦੇ ਸਾਹਮਣੇ ਉਹ ਸਾਡੀ ਲਿਸ਼ਕ ਉੱਠੀ ਸ਼ਮਸ਼ੀਰ, ਸਾਡਾ ਦੀਨ ਦੁਨੀ ਦਾ ਪਾਤਸ਼ਾਹ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰੀ ਅਤੇ ਮੀਰੀ ਦੇ ਸੰਕਲਪ ਸਾਕਾਰ ਨੂੰ ਬਖਸ਼ਣ ਲਈ ਗੁਰੂ ਹਰਗੋਬਿੰਦ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਸਨਮੁੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਦੌਰਾਨ ਸ਼ਾਹੀ ਫੌਜਾਂ ਨੇ ਅਨੇਕ ਵਾਰ ਗੁਰੂ ਦਰਬਾਰ 'ਤੇ ਭਾਰੀ ਫੌਜੀ ਸ਼ਕਤੀ ਨਾਲ ਹਮਲੇ ਕੀਤੇ। ਪਰ ਹਰ ਵਾਰ ਉਹਨਾਂ ਨੂੰ ਹਾਰ ਖਾ ਕੇ ਮੁੜਨਾ ਪਿਆ। ਸਿੱਖ ਸੰਗਤ ਸਮੇਤ ਦਿਨ ਰਾਤ ਰੋਗੀਆਂ ਦੀ ਸੇਵਾ ਕਰਦੇ ਗੁਰੂ ਹਰਕ੍ਰਿਸ਼ਨ ਜੀ ਆਪ ਬਿਮਾਰ ਹੋ ਗਏ ਤੇ ਕੁਝ ਦਿਨਾਂ ਬਾਅਦ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਵੇਲੇ ਉਹਨਾਂ ਦੇ ਮੁਖਾਰਬਿੰਦ ਤੇ ਇਹ ਦੋ ਸ਼ਬਦ ਸਨ, ਬਾਬਾ ਬਕਾਲੇ। ਇਹਨਾਂ ਦੋ ਸ਼ਬਦਾਂ ਦਾ ਭਾਵ ਸੀ ਨੌਵੇਂ ਗੁਰੂ ਗੁਰੂ ਤੇਗ ਬਹਾਦੁਰ ਇਸ ਵੇਲੇ ਬਕਾਲੇ ਵਿੱਚ ਹਨ।
ਜਦੋਂ ਇਹ ਦੋ ਸ਼ਬਦ ਬਕਾਲੇ ਪਹੁੰਚੇ ਤਾਂ 22 ਬਾਬੇ ਢੋਂਗੀ ਗੁਰੂ ਬਣ ਬੈਠੇ। ਪਰ ਗੁਰੂ ਤੇਗ ਬਹਾਦੁਰ ਸ਼ਾਂਤ ਅਡੋਲ ਆਪਣੀ ਕੁਟੀਆ ਵਿੱਚ ਪ੍ਰਭੂ ਦੇ ਸਿਮਰਨ ਵਿੱਚ ਲੀਨ ਰਹੇ। ਉਧਰ ਪੰਜਾਬ ਦੇ ਮਸ਼ਹੂਰ ਸੌਦਾਗਰ ਮੱਖਣ ਸ਼ਾਹ ਲੁਬਾਣਾ ਦੀ ਬੇੜੀ ਦਰਿਆ ਦੀ ਘੁੰਮਣ ਘੇਰੀ ਵਿੱਚ ਡਾਵਾਡੋਲ ਹੋ ਰਹੀ ਸੀ। ਉਸਨੇ ਗੁਰੂ ਘਰ ਦਾ ਧਿਆਨ ਕਰਕੇ ਅਰਦਾਸ ਕੀਤੀ ਤੇ 500 ਮੋਹਰਾਂ ਦੀ ਸੁੱਖਣਾ ਸੁੱਖੀ। ਉਸਦੀ ਬੇੜੀ ਸਹੀ ਸਲਾਮਤ ਕੰਢੇ ਲੱਗੀ। ਸੁੱਖਣਾ ਪੂਰੀ ਕਰਨ ਲਈ ਉਹ ਬਕਾਲੇ ਪਹੁੰਚਿਆ ਤਾਂ ਵਾਹਿਗੁਰੂ ਦੇਖ ਕੇ ਹੈਰਾਨ ਹੋਇਆ, ਪਰ 5-5 ਮੋਹਰਾਂ ਹਰ ਆਪੇ ਬਣੇ ਗੁਰੂ ਅੱਗੇ ਤਰੀ ਗਿਆ। ਗੁਰੂ ਤੇਗ ਬਹਾਦੁਰ ਜੀ ਦੇ ਸਨਮੁਖ ਆ ਕੇ ਵੀ ਮੱਖਣ ਸ਼ਾਹ ਨੇ 5 ਮੋਹਰਾਂ ਰੱਖ ਕੇ ਸੀਸ ਨਿਵਾਇਆ। ਗੁਰੂ ਜੀ ਹੱਸ ਕੇ ਬੋਲੇ, ਮੱਖਣ ਸ਼ਾਹ, ਵਪਾਰ ਇਸ ਤਰ੍ਹਾਂ ਨਹੀਂ ਚੱਲਦੇ। ਤੇਰਾ ਇਕਰਾਰ ਤਾਂ 500 ਮੋਹਰਾਂ ਦਾ ਸੀ। ਮੱਖਣ ਸ਼ਾਹ ਇਹ ਵਾਕ ਸੁਣ ਕੇ ਖੁਸ਼ੀ ਨਾਲ ਦੀਵਾਨਾ ਹੋ ਗਿਆ, ਛੱਤ ਤੇ ਚੜ੍ਹ ਕੇ ਗਾਉਣ ਲੱਗਾ। ਸਨ 1675 ਗੋਬਿੰਦ ਜੀ ਉਦੋਂ 9 ਵਰਸ ਦੇ ਸਨ ਜਦੋਂ ਇੱਕ ਦਿਨ ਗੁਰੂ ਤੇਗ ਬਹਾਦੁਰ ਜੀ ਦੇ ਸਜੇ ਹੋਏ ਦਰਬਾਰ ਵਿੱਚ ਕਸ਼ਮੀਰੀ ਪੰਡਿਤ ਆ ਫਰਿਆਦੀ ਹੋਏ, ਜਿਨ੍ਹਾਂ ਦੇ ਮੱਥਿਆਂ ਉੱਤੋਂ ਜਬਰਨ ਤਿਲਕ ਮਿਟਾਏ ਜਾ ਰਹੇ ਸਨ, ਜੰਜੂ ਉਤਾਰੇ ਜਾ ਰਹੇ ਸਨ। ਉਹਨਾਂ ਦੀ ਦਰਦ ਭਰੀ ਮਿੱਥਿਆ ਸੁਣ ਕੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਅਜੇ ਖਾਮੋਸ਼ੀ ਸਨ ਕਿ ਬਾਲ ਗੋਬਿੰਦ ਬੋਲ ਉੱਠੇ, ਗੁਰੂ ਪਿਤਾ ਇੱਕ ਅਰਜ਼ ਅੱਜ ਬਾਲਕ ਤੇਰਾ ਕਰੇ, ਤੁਧ ਬਿਨ ਕੌਣ ਜੋ ਜਿੰਦ ਦਾ ਦੀਵਾ ਬਾਲ ਧਰੇ, ਚੁੱਲਣ ਲੱਖ ਹਨੇਰੀਆਂ ਕਹਿਰ ਦੀ ਪੌਣ ਵਗੇ, ਤੇਰੇ ਸੱਚ ਬਲੀਦਾਨ ਦਾ ਜੁਗ ਜੁਗ ਦੀਪ ਜਲੇ। ਬਾਲ ਗੋਬਿੰਦ ਨੂੰ ਪਿਆਰ ਭਰਿਆ ਥਾਪੜਾ ਦੇ ਕੇ ਗੁਰੂ ਤੇਗ ਬਹਾਦੁਰ ਜੀ ਕਸ਼ਮੀਰੀ ਪੰਡਿਤਾਂ ਨੂੰ ਕਹਿਣ ਲੱਗੇ, ਹੇ ਦੁਖਿਆਰੇ ਹਿਰਦਿਓ ਨਾ ਹੋ ਗਮਗੀ, ਹਾਕਮ ਨੂੰ ਜਾ ਕੇ ਦਿਓ ਇਹ ਗੱਲ ਨਾਲ ਆਪਣੀ, ਤੇਗ ਬਹਾਦੁਰ ਮੰਨ ਲਵੇ ਜੇਕਰ ਤੇਰੀ ਲਵੇਗਾ। ਗੁਰੂ ਤੇਗ ਬਹਾਦੁਰ ਜੀ ਇਨਸਾਨੀ ਸੁਤੰਤਰਤਾ, ਇਨਸਾਫ ਅਤੇ ਦੀਨਾਂ ਦੁਖੀਆਂ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਰਵਾਨਾ ਹੋ ਗਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ।
ਕੋਈ ਪੇਸ਼ ਨਾ ਚੱਲਦੀ ਦੇਖ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਦਹਿਲ ਜਾਵੇ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅੱਗ ਵਿੱਚ ਜਲਾਇਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਔਰੰਗਜ਼ੇਬ ਅਤੇ ਉਸਦੀ ਮੁਗਲੀਆ ਸਲਤਨਤ ਗੁਰੂ ਜੀ ਨੂੰ ਦੀਨ ਕਬੂਲ ਕਰਵਾਉਣ ਦੀ ਕੋਸ਼ਿਸ਼ ਕਰਦੀ ਹਾਰ ਗਈ। ਔਰੰਗਜ਼ੇਬ ਨੇ ਹੁਕਮ ਦਿੱਤਾ ਸਿਰ ਕਲਮ ਕਰ ਦਿੱਤਾ ਜਾਵੇ ਔਰ ਖਬਰਦਾਰ ਕੋਈ ਇਸ ਸਿਰ ਅਤੇ ਜਿਸਮ ਨੂੰ ਇਸ ਜ਼ਮੀਨ ਤੋਂ ਉਠਾਉਣ ਦੀ ਜ਼ਰੂਰਤ ਨਾ ਕਰੇ। ਸ਼ਾਹੀ ਫਰਮਾਨ ਦੀ ਪਰਵਾਹ ਨਾ ਕਰਦਿਆਂ ਵਣਜਾਰਾ ਸਿੱਖ ਲੱਖੀ ਸ਼ਾਹ ਗੁਰਾਂ ਦੀ ਦੇਹੀ ਨੂੰ ਆਪਣੇ ਗੱਡੇ ਵਿੱਚ ਲੁਕਾ ਕੇ ਆਪਣੇ ਪਿੰਡ ਲੈ ਗਿਆ ਅਤੇ ਗੁਰਾਂ ਦੀ ਦੇਹੀ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ। ਭਾਈ ਜੈਤਾ ਗੁਰਾਂ ਦੇ ਸੀਸ ਨੂੰ ਆਪਣੀ ਬੁੱਕਲ ਵਿੱਚ ਲੁਕਾ ਕੇ ਰਾਤਾਂ ਅਤੇ ਝੱਖੜ ਚੀਰਦਾ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ ਅਤੇ ਉਹਨਾਂ ਨੂੰ ਗੁਰੂ ਦਾ ਸੀਸ ਅਰਪਿਤ ਕੀਤਾ। ਰੰਗਨੇਟਾ ਗੁਰੂ ਕਾ ਬੇਟਾ ਕਹਿ ਕੇ ਦਸਮ ਪਾਤਸ਼ਾਹ ਨੇ ਭਾਈ ਜੈਤੇ ਨੂੰ ਗਲੇ ਲਗਾਇਆ ਅਤੇ ਸੀਸ ਦਾ ਸੰਸਕਾਰ ਕੀਤਾ। ਗੁਰੂ ਪਿਤਾ ਦੀ ਸ਼ਹਾਦਤ ਦਸਮ ਪਾਤਸ਼ਾਹ ਦੇ ਨੈਣਾਂ ਨੂੰ ਐਸੀ ਨਵੀਂ ਅਤੇ ਲੋ ਦੇ ਗਈ ਕਿ ਉਹਨਾਂ ਨੇ ਆਉਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਿਹਾਰਿਆ। ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋਣ ਦਾ ਆਦੇਸ਼ ਦਿੱਤਾ। ਦਸਮ ਪਾਤਸ਼ਾਹ ਨੇ ਫਾਰਸੀ ਸ਼ਾਇਰੀ ਵਿੱਚ ਔਰੰਗਜ਼ੇਬ ਦੇ ਨਾਮ ਜ਼ਫਰਨਾਮਾ ਲਿਖਿਆ ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ। ਜ਼ਫਰਨਾਮਾ ਖਾਲਸੇ ਦੀ ਇਖਲਾਕੀ ਜਿੱਤ ਦਾ ਐਲਾਨ ਹੈ। ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਉਹਨਾਂ ਨੇ ਦਸਮ ਪਾਤਸ਼ਾਹ ਨੂੰ ਪੁੱਛਿਆ, ਹੇ ਪਾਤਸ਼ਾਹ, ਚਾਰ ਚੰਨ ਜਿਹੇ ਮੁਕੜਿਆਂ ਚੋਂ ਇੱਕ ਵੀ ਨਜ਼ਰ ਨਹੀਂ ਆ ਰਿਹਾ, ਕਿੱਥੇ ਛੱਡ ਆਏ ਹੋ ਚਾਰੇ ਲਾਲ? ਇਸ ਸਵਾਲ ਨਾਲ ਧਰਤੀ ਤੇ ਅਸਮਾਨ ਡੋਲ ਗਏ। ਦਸਮ ਪਾਤਸ਼ਾਹ ਵੱਲੋਂ ਜਵਾਬ ਵਿੱਚ ਕਹੇ ਬੋਲਾਂ ਨੇ ਡੋਲਦੀ ਧਰਤੀ ਤੇ ਅਸਮਾਨ ਨੂੰ ਥੰਮ ਲਿਆ। ਉਸ ਜਵਾਬ ਵਿੱਚ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਲਸੇ ਲਈ ਅਨੂਠਾ ਪਿਆਰ ਅਤੇ ਵਿਸ਼ਵਾਸ ਭਰਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਵਿੱਚ ਸਜੇ ਸਿੰਘਾਂ ਵੱਲ ਸੰਕੇਤ ਕਰਕੇ ਕਿਹਾ, ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਵਿਚਾਰ ਹੋਵੇ ਤੋ ਕਿਆ ਹੁਆ ਜੀਵਤ ਗਈ ਹਜ਼ਾਰ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਭੀੜ ਤਿਆਰ ਕੀਤੀ। ਭਾਈ ਮਨੀ ਸਿੰਘ ਤੇ ਹੋਰ ਲਿਖਾਰੀਆਂ ਤੋਂ ਉਸ ਭੀੜ ਦੇ ਉਤਾਰੇ ਤਿਆਰ ਕਰਵਾਏ ਤੇ ਦੱਖਣ ਦੀ ਯਾਤਰਾ ਤੇ ਰਵਾਨਾ ਹੋਏ। ਜਦ ਨੰਦੇੜ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਯੋਧੇ ਤੋਂ ਵਿਰਾਗੀ ਬਣੇ ਮਾਧੋ ਦਾਸ ਨਾਲ ਹੋਈ। ਦਸਮ ਪਾਤਸ਼ਾਹ ਦੀ ਸ਼ਖਸੀਅਤ ਅਤੇ ਉਹਨਾਂ ਦੇ ਬਚਨਾਂ ਨੇ ਮਾਧੋ ਦਾਸ ਦੀ ਜ਼ਿੰਦਗੀ ਦਾ ਵਹਿਣ ਹੀ ਬਦਲ ਦਿੱਤਾ। ਗੁਰੂ ਜੀ ਨੇ ਕਿਹਾ, ਹੇ ਮਾਧੋ, ਇਹ ਤੇਰਾ ਸ਼ਾਂਤ ਤੇ ਪਵਿੱਤਰ ਆਸ਼ਰਮ ਕਿਸ ਕੰਮ, ਜਦਕਿ ਤੇਰੀ ਮਾਤ ਭੂਮੀ ਉੱਤੇ ਮਜ਼ਲੂਮਾਂ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ। ਉੱਠ ਸ਼ਮਸ਼ੀਰ ਉਠਾ, ਜ਼ਾਲਮਾਂ ਲਈ ਖੌਫ ਅਤੇ ਮਜ਼ਲੂਮਾਂ ਦਾ ਆਸਰਾ ਬਣ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਪਾਨ ਕਰਵਾ ਕੇ ਮਾਧੋ ਵਿਰਾਗੀ ਨੂੰ ਬੰਦਾ ਬਹਾਦਰ ਬਣਾਇਆ। ਜ਼ੁਲਮ ਦੇ ਖਿਲਾਫ ਜੰਗ ਨੂੰ ਜਾਰੀ ਰੱਖਣ ਲਈ ਦਸਮ ਪਾਤਸ਼ਾਹ ਨੇ ਬੰਦਾ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕੀਤਾ। ਨੰਦੇੜ ਸਾਹਿਬ ਦੀ ਧਰਤੀ ਨੇ ਦੇਖਿਆ ਉਹ ਇਤਿਹਾਸਿਕ ਦਿਨ ਜਦੋਂ ਸੱਚਖੰਡ ਗਮਨ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਗੁਰਤਾ ਗੱਦੀ ਅਰਪਿਤ ਕੀਤੀ। ਤੇ ਸੰਗਤ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ। ਜਿਸਨੇ ਵੀ ਗੁਰੂ ਦੇ ਦੀਦਾਰ ਕਰਨੇ ਹੋਣਗੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹੀ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਚਾਨਣ ਲੈ ਕੇ ਜੋ ਵੀ ਫੈਸਲੇ ਹੋਣਗੇ ਉਹ ਗੁਰੂ ਦੇ ਹੀ ਫੈਸਲੇ ਹੋਣਗੇ। ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਬਾਣਿਓ ਗ੍ਰੰਥ। ਗੁਰੂ ਗ੍ਰੰਥ ਜੀ ਬਾਣਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਹੇ ਖੋਜ ਸ਼ਬਦ ਮੇਲੇ, ਲਾਜ ਕਰੇਗਾ ਖਾਲਸਾ
ਹੈ।